ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਲਵਰ ਯੂਥ ਖਾਲਸਾ ਗਰੁੱਪ ਵੱਲੋਂ ਇੱਕ ਨਵੀਂ ਪਹਿਲ, ਗੁਰਦੁਆਰਾ ਗਰੀਬ ਅਤੇ ਗੋਲਕ। ਸਾਧ ਸੰਗਤ ਜੀ, ਇਸ ਮੂਵੀ ਵਿੱਚ ਅੱਜ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਪੁਰਬ ਦੀ ਖੁਸ਼ੀਆਂ ਮਨਾਉਂਦਿਆਂ ਲੰਗਰ ਵਰਤਿਆ ਅਤੇ ਪ੍ਰਬੰਧਕ ਕਮੇਟੀ ਦੀ ਉਸ ਤੋਂ ਉਪਰੰਤ ਮੀਟਿੰਗ ਹੋ ਰਹੀ ਹੈ। ਆਪਾਂ ਚੱਲ ਕੇ ਦੇਖਦੇ ਹਾਂ ਅੱਜ ਕੀ ਹੋ ਰਿਹਾ। ਵਾਹ ਪ੍ਰਧਾਨ ਸਾਹਿਬ, ਵਾਹ, ਇਸ ਵਾਰੀ ਤਾਂ ਕਮਾਲ ਹੀ ਕਰਤੀ ਪ੍ਰੋਗਰਾਮ ਚ, ਤਾਂ ਮਜ਼ਾ ਹੀ ਆ ਗਿਆ। ਪ੍ਰਧਾਨ ਸਾਹਿਬ, ਐਸਾ ਪ੍ਰੋਗਰਾਮ ਤਾਂ ਸ਼ਹਿਰ ਦੀ ਕਿਸੇ ਕਮੇਟੀ ਨੇ ਨਹੀਂ ਕਰਾਇਆ। ਲੰਗਰ ਦੀ ਵਿਵਸਥਾ ਦੇਖ ਕੇ ਸ਼ਹਿਰ ਦੀ ਸਾਰੀ ਕਮੇਟੀ ਦੀਆਂ ਅੱਖਾਂ ਖੁੱਲੀਆਂ ਰਹਿ ਗਈਆਂ। ਉਹ ਤਾਂ ਇਸ ਕਰਕੇ ਕੱਚੀ ਬਸਤੀ ਤੇ ਇੱਕ ਬੰਦੇ ਨੂੰ ਮੈਂ ਅੰਦਰ ਨਹੀਂ ਵੜਨ ਦਿੱਤਾ। ਪ੍ਰਧਾਨ ਸਾਹਿਬ, ਹੁਣ ਅਗਲੇ ਗੁਰਪੁਰਬ ਦੇ ਬਾਰੇ ਸੋਚੋ। ਉਹ ਜਿਹੜਾ ਮੀਰੀ ਪੀਰੀ ਦੇ ਮਾਲਕ ਦਸਵੇਂ ਪਾਤਸ਼ਾਹ ਜੀ ਦਾ ਆ ਰਿਹਾ। ਮੀਰੀ ਪੀਰੀ ਦੇ ਮਾਲਕ ਨਹੀਂ ਬਾਈ, ਸ਼ਹੀਦਾਂ ਦੇ ਸਰਤਾਜ ਨੇ ਉਹ। ਵੀਰ ਜੀ, ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਸਨ ਤੇ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਨ। ਉਹ ਛੱਡੋ, ਜੋ ਮਰਜ਼ੀ ਹੋਵੇ, ਲੰਗਰ ਸ਼ਾਨਦਾਰ ਹੋਣਾ ਚਾਹੀਦਾ। ਬਿਲਕੁਲ ਠੀਕ ਪ੍ਰਧਾਨ ਸਾਹਿਬ, ਇਸ ਵਾਰ ਮਿੱਠਾ ਆਈਟਮ ਇੱਕ ਫਾਲਤੂ ਰੱਖਾਂਗੇ। ਹਾਂ, ਸੰਗਤ ਵੀ ਤਾਂ ਹੀ ਆਉਂਦੀ ਹੈ। ਸਹੀ ਗੱਲ ਹੈ, ਲੰਗਰ ਵਧੀਆ ਹੋਏ ਤਾਂ ਸੰਗਤ ਵੀ ਜ਼ਿਆਦਾ ਆਉਂਦੀ ਹੈ। ਪ੍ਰਧਾਨ ਸਾਹਿਬ, ਪਿਛਲੀ ਕਮੇਟੀ ਨੇ ਨਾ ਕੰਸਟਰਕਸ਼ਨ ਦਾ ਕੰਮ ਬਹੁਤ ਕਰਾਇਆ ਸੀ, ਸੰਗਤ ਨੇ ਬੜੀ ਵਾਹਵਾਹੀ ਕੀਤੀ ਸੀ। ਆਪਾਂ ਵੀ ਕਿਉਂ ਨਾ ਕੋਈ ਕੰਸਟਰਕਸ਼ਨ ਦਾ ਕੰਮ ਕਰਾਈ। ਪਰ ਵੀਰ ਜੀ, ਕਰਾਈਏ ਕੀ, ਸਾਰਾ ਕੰਮ ਤਾਂ ਆਲਮੋਸਟ ਕੰਪਲੀਟ ਹੀ ਹੈ। ਪਰ ਵੀਰ ਜੀ, ਕੰਮ ਤਾਂ ਕੋਈ ਕਰਨਾ ਹੀ ਹੈ, ਆਖਿਰ ਇੰਨਾ ਪੈਸਾ ਪਿਆ ਹੈ, ਕਿਤੇ ਤਾਂ ਲਗਾਉਣਾ ਹੀ ਹੈ। ਮੇਰਾ ਵਿਚਾਰ ਹੈ ਕਿ ਉਹਨਾਂ ਆਪਾਂ ਗੈਲਰੀ ਵਿੱਚ ਟਾਈਲਾਂ ਲਵਾ ਦਈਏ। ਪਰ ਪ੍ਰਧਾਨ ਸਾਹਿਬ, ਮੇਰੇ ਖਿਆਲ ਨਾਲ ਤਾਂ ਗੈਲਰੀ 'ਚ ਟਾਈਲਾਂ ਆਲਰੇਡੀ ਲੱਗੀਆਂ ਨੇ। ਵੀਰ ਜੀ, ਉਹ ਪੁਰਾਣੇ ਡਿਜ਼ਾਈਨਾਂ ਦੀਆਂ ਨੇ, ਹੁਣ ਆਪਾਂ ਨਵੇਂ ਡਿਜ਼ਾਈਨ ਦੀ ਲਗਾਵਾਂਗੇ ਕਿਉਂ ਪ੍ਰਧਾਨ ਸਾਹਿਬ? ਵੀਰ ਜੀ, ਐਵੇਂ ਸੰਗਤ ਦਾ ਪੈਸਾ ਕਾਹਨੂੰ ਬਰਬਾਦ ਕਰਨਾ, ਇਹਨੂੰ ਕਿਉਂ ਨਾ ਕਿਸੇ ਚੰਗੇ ਪਾਸੇ ਲਾਈਏ। ਅਸੀਂ ਕਿਹੜਾ ਘਰ ਲੈ ਜਾ ਰਹੇ ਹਾਂ ਪੈਸੇ, ਅਸੀਂ ਵੀ ਤਾਂ ਗੁਰਦੁਆਰੇ ਹੀ ਲਾ ਰਹੇ ਹਾਂ। ਹਾਂ ਬਈ, ਕੌਣ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਜਾਓ ਗੁਰਦੀਪ ਸਿੰਘ ਜੀ। ਹਾਂਜੀ ਪ੍ਰਧਾਨ ਸਾਹਿਬ, ਨਾਲ ਵਾਲੇ ਪਿੰਡ ਦੇ ਗੁਰਦੀਪ ਸਿੰਘ ਜੀ ਨੇ, ਇਹਨਾਂ ਨੂੰ ਮੈਂ ਹੀ ਬੁਲਾਇਆ ਸੀ। ਇਹਨਾਂ ਦੀ ਬੇਟੀ ਬਹੁਤ ਇੰਟੈਲੀਜੈਂਟ ਹੈ ਅਤੇ ਫਾਈਨੈਂਸ਼ੀਅਲ ਪ੍ਰੋਬਲਮ ਕਰਕੇ ਉਹਦਾ ਕਾਲਜ ਵਿੱਚ ਐਡਮਿਸ਼ਨ ਨਹੀਂ ਹੋ ਪਾ ਰਿਹਾ। ਪਰ ਵੀਰ ਜੀ, ਇਹਦੇ 'ਚ ਕਮੇਟੀ ਕੀ ਕਰ ਸਕਦੀ ਹੈ? ਅਤੇ ਮੈਂ ਚਾਹ ਰਿਹਾ ਸੀ ਕਿ ਆਪਾਂ ਕਿਉਂ ਨਾ ਕਮੇਟੀ ਵੱਲੋਂ ਕੁਛ ਇਹਨਾਂ ਦੀ ਫਾਈਨੈਂਸ਼ੀਅਲ ਹੈਲਪ ਕਰ ਦਈਏ। ਫਿਰ ਤੁਸੀਂ ਕੀ ਚਾਹੁੰਦੇ ਹੋ, ਕਮੇਟੀ ਹੁਣ ਪੈਸੇ ਦਾ ਵੀ ਲੰਗਰ ਲਗਾ ਦੇ? ਵੀਰ ਜੀ, ਸਾਰੀ ਦੁਨੀਆ ਦਾ ਠੇਕਾ ਕਮੇਟੀ ਵਾਲੇ ਨੇ ਚੁੱਕਿਆ। ਠੇਕਾ ਚੁੱਕਿਆ? ਕਮਾਲ ਕਰਤਾ ਵੀਰ ਜੀ, ਇਹ ਗਰੀਬ ਸਿੱਖ ਪਰਿਵਾਰ ਦੀ ਮਦਦ ਗੁਰਦੁਆਰਾ ਕਮੇਟੀ ਨਹੀਂ ਕਰੇਗੀ ਤੇ ਕੌਣ ਕਰੇਗਾ? ਪਰ ਵੀਰ ਜੀ, ਕਮੇਟੀ ਐਵੇਂ ਸੰਗਤ ਦਾ ਪੈਸਾ ਕਿਸੇ ਨੂੰ ਨਹੀਂ ਦੇ ਸਕਦੀ। ਨਵੇਂ ਵੀਰ ਜੀ, ਸੰਗਤ ਦਾ ਪੈਸਾ ਕਿਸੇ ਪਰਟੀਕੁਲਰ ਬੰਦੇ ਨੂੰ ਕਿਵੇਂ ਦਿੱਤਾ ਜਾ ਸਕਦਾ ਹੈ? ਆਖਿਰ ਸੰਗਤ ਨੂੰ ਵੀ ਤਾਂ ਜਵਾਬ ਦੇਣਾ ਹੁੰਦਾ। ਵੀਰ ਜੀ, ਸੰਗਤ ਵੀ ਤਾਂ ਗੁਰੂ ਦਾ ਰੂਪ ਹੈ ਤੇ ਗੁਰੂ ਸਾਹਿਬ ਦਾ ਤੇ ਫਰਮਾਨ ਹੈ, ਗਰੀਬ ਦਾ ਮੂੰਹ ਗੁਰੂ ਕੀ ਗੋਲਕ ਹੁੰਦੀ ਹੈ। ਸੋਰੀ ਭਾਈ ਸਾਹਿਬ, ਸਾਡੇ ਆਲਰੇਡੀ ਗੁਰਦੁਆਰਾ ਸਾਹਿਬ ਦੇ ਖਰਚੇ ਇਤਨੇ ਜ਼ਿਆਦਾ ਨੇ ਕਿ ਅਸੀਂ ਨਾ ਫਾਲਤੂ ਕੰਮਾਂ ਵਾਸਤੇ ਪੈਸਾ ਵੇਸਟ ਨਹੀਂ ਕਰ ਸਕਦੇ। ਠੀਕ ਹੈ ਪ੍ਰਧਾਨ ਸਾਹਿਬ, ਤੁਸੀਂ ਲੰਗਰ ਲਾਉਣਾ, ਲੰਗਰ ਲਾਓ। ਪਰ ਇੱਕ ਗੱਲ ਦੱਸਦਾ, ਤੁਸੀਂ ਸੰਗਤ ਨੂੰ ਜੋੜਨਾ ਸੀ ਨਾਮ ਦੇ ਲੰਗਰ ਨਾਲ, ਪਰ ਜੋੜ ਕੇ ਰਹਿ ਗਏ ਇਕੱਲੇ ਲੰਗਰ ਨਾਲ। ਔਰ ਹਾਂ, ਗੁਰੂ ਨਾਨਕ ਸਾਹਿਬ ਨੇ ਲੰਗਰ ਵੀ ਉਹਨਾਂ ਵਾਸਤੇ ਲਾਇਆ ਸੀ ਜਿਨ੍ਹਾਂ ਨੂੰ ਤੁਸੀਂ ਬਾਹਰ ਰੋਕ ਦਿੰਦੇ ਹੋ। ਵੀਰ ਜੀ, ਗੁਰੂ ਸਾਹਿਬ ਨੇ ਤੇ ਗਰੀਬਾਂ ਨੂੰ ਨਵਾਜਿਆ ਸੀ ਤੇ ਅਸੀਂ ਕੀ ਕਰ ਰਹੇ ਹਾਂ, ਇਹਨਾਂ ਗਰੀਬਾਂ ਨੂੰ ਧਿਤਕਾਰ ਰਹੇ ਹਾਂ? ਸੱਚੀ ਸੇਵਾ ਤੇ ਵੀਰ ਜੀ ਉਹੀ ਹੈ ਜਿਹੜੀ ਕਿਸੇ ਲੋੜਵੰਦ ਦੀ ਲੋੜ ਪੂਰੀ ਕੀਤੀ ਜਾਏ, ਨਾ ਕਿ ਇਹ ਜਿਹੜੇ ਕੰਮ ਅਸੀਂ ਇੱਥੇ ਬਹਿ ਕੇ ਕਰ ਰਹੇ ਹਾਂ। ਔਰ ਹਾਂ ਵੀਰ ਜੀ, ਅਸੀਂ ਤੇ ਗੁਰੂ ਸਾਹਿਬ ਦੀ ਦਿੱਤੀ ਹੋਈ ਸਿੱਖਿਆ ਨੂੰ ਭੁੱਲ ਚੁੱਕੇ ਹਾਂ, ਸਾਨੂੰ ਤੇ ਗੁਰੂ ਸਾਹਿਬ ਦੇ ਪ੍ਰੋਪਰ ਨਾਂ ਤੱਕ ਯਾਦ ਨਹੀਂ ਹੈ। ਪਰ ਵੀਰ ਜੀ, ਇੱਕ ਗੱਲ ਦੱਸਾਂ ਤੁਹਾਨੂੰ, ਗੁਰੂ ਨਾਨਕ ਸਾਹਿਬ ਦਾ ਸੌਦਾ ਤੇ ਬਹੁਤ ਵਧੀਆ ਸੀ, ਪਰ ਅਫਸੋਸ ਅਸੀਂ ਸੇਲਸਮੈਨ ਕਿਸੇ ਕੰਮ ਦੇ ਨਹੀਂ ਰਹੇ। ਗੁਰੂ ਨਾਨਕ ਸਾਹਿਬ ਨੇ ਬਗੀਚਾ ਬਹੁਤ ਸੋਹਣਾ ਲਾਇਆ ਸੀ, ਪਰ ਇੱਕ ਗੱਲ ਹੋਰ, ਅਸੀਂ ਮਾਲੀ ਕਿਸੇ ਕੰਮ ਦੇ ਨਹੀਂ ਰਹੇ। ਚਲੋ ਗੁਰਦੀਪ ਸਿੰਘ ਜੀ, ਚਲੀਏ, ਮੈਂ ਵੀ ਸਹੀ ਥਾਂ ਤੇ ਗਲਤ ਲੋਕਾਂ ਕੋਲ ਉਮੀਦ ਕਰ ਬੈਠਾ। ਰੁਕੋ ਵੀਰ ਜੀ, ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ, ਅਸੀਂ ਸ਼ਾਇਦ ਗੁਰੂ ਸਾਹਿਬ ਦੀ ਗੋਲਕ ਨੂੰ ਅਜਾਹੀ ਗਵਾ ਰਹੇ ਹਾਂ। ਹੁਣ ਪੈਸਾ ਬਿਲਡਿੰਗ ਅਤੇ ਲੰਗਰ ਤੇ ਨਹੀਂ, ਲੋੜਵੰਦਿਆਂ ਦੀ ਸੇਵਾ ਤੇ ਕੰਮ ਹੋਏਗਾ। ਗੁਰਦੀਪ ਸਿੰਘ ਜੀ, ਤੁਹਾਡੀ ਬੇਟੀ ਜਦ ਤੱਕ ਪੜੇਗੀ
ਉਹਦਾ ਸਾਰਾ ਖਰਚਾ ਗੁਰਦੁਆਰਾ ਕਮੇਟੀ ਵੱਲੋਂ ਕੀਤਾ ਜਾਵੇਗਾ। ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਮਿਹਰਬਾਨੀ ਵੀਰ ਜੀ। ਸ਼ੁਕਰ ਹੈ ਗੁਰੂ ਸਾਹਿਬ ਜੀ ਦਾ, ਇਹਨਾਂ ਨੂੰ ਕੋਈ ਸਮਝ ਆਈ। ਆਪਾਂ ਸਾਰੇ ਮਿਲ ਕੇ ਵੀ ਗੁਰੂ ਸਾਹਿਬ ਅੱਗੇ ਅਰਦਾਸ ਕਰੀਏ ਕਿ ਆਪਾਂ ਨੂੰ ਵੀ ਸੋਝੀ ਆ ਜਾਵੇ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੈ। ਇਹਨਾਂ ਸ਼ਬਦਾਂ ਨਾਲ ਹੀ ਭੁੱਲਾ ਚੁੱਕਾ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।